ਭਾਖੜਾ ਡੈਮ ਜਦੋਂ ਬਣਿਆ ਇਸ ਬ੍ਰਿਜ ਤੋਂ ਸਮਾਨ ਜਾਂਦਾ ਹੁੰਦਾ ਸੀ ਭਾਖੜੇ ਨੂੰ, ਉਹ ਕੰਕਰੀਟ ਵਗੈਰਾ ਸਮਿੰਟ ਬਜਰੀ ਸਾਰਾ ਕੁਛ ਇੱਥੋਂ ਹੀ ਜਾਂਦਾ ਹੁੰਦਾ ਸੀਗਾ। ਉਹ ਪਹਾੜ ਉੱਥੇ ਹੈਗਾ ਭਾਖੜਾ ਡੈਮ, ਇਹ ਭਾਖੜੇ ਬਣਨ ਤੋਂ ਪਹਿਲਾਂ ਦਾ ਬ੍ਰਿਜ ਹੈ ਜੀ। ਮੌਸਮ ਬਿਲਕੁਲ ਛਾਂ ਹੈ, ਠੀਕ ਹੈ ਜੀ, ਅਤੇ ਉਹ ਸਾਹਮਣੇ ਬਿਲਕੁਲ ਧੁੱਪ ਲੱਗ ਰਹੀ ਹੈ ਅਤੇ ਐਂ ਲੱਗਦਾ ਕਿ ਅਸੀਂ ਨਾ ਕਿਤੇ ਫੋਰਨ ਕੰਟਰੀ ਦੇ ਵਿੱਚ ਆ ਗਏ ਹੁੰਦੇ, ਕੈਲੀਫੋਰਨੀਆ ਵਗੈਰਾ 'ਚ, USA 'ਚ। ਉਹ ਤੁਸੀਂ ਕੱਲ੍ਹ ਜੀ ਤੁਸੀਂ ਦੇਖ ਰਹੇ ਹੋ ਜੀ APS ਪਰਮ ਚੈਨਲ ਅਤੇ ਮੈਂ ਹਾਂ ਜੀ ਪਰਮਪ੍ਰੀਤ ਸਿੰਘ। ਅੱਜ ਦਾ ਵਲੋਗ ਕਰਦੇ ਹਾਂ ਜੀ ਸ਼ੁਰੂ। ਅੱਜ ਫਿਰ ਅਸੀਂ ਅਨੰਦਪੁਰ ਸਾਹਿਬ ਦੇ ਕਿੱਦਾਂ ਨੇੜਲੇ ਜਿਹੜੇ ਜਗ੍ਹਾ ਦੇਖਣ ਵਾਲੀਆਂ ਉਹ ਤੁਹਾਨੂੰ ਦਿਖਾ ਰਹੇ ਹਾਂ ਅਤੇ ਅੱਜ ਅਸੀਂ ਜਾ ਰਹੇ ਹਾਂ ਨੰਗਲ ਵਾਲੀ ਸਾਈਡ। ਨੰਗਲ ਵਾਲੀ ਸਾਈਡ ਹੁਣ ਉੱਥੇ ਸਭ ਤੋਂ ਪਹਿਲਾਂ ਤਾਂ ਅਸੀਂ ਜਾਵਾਂਗੇ ਗੁਰਦੁਆਰਾ ਸ਼ਾਹਿਦ ਭੰਬੋਰ ਸਾਹਿਬ, ਉਸ ਤੋਂ ਬਾਅਦ ਫਿਰ ਅੱਗੇ ਇੱਕ ਬ੍ਰਿਜ ਹੈ ਜਿਹਨੂੰ ਕਹਿੰਦੇ ਹੰਡੋਲਾ ਬ੍ਰਿਜ, ਉੱਥੇ ਚੱਲਾਂਗੇ। ਕਿੱਥੇ ਕਿੱਥੇ ਜਾਂਦੇ ਆ ਹਜੇ ਪੱਕਾ ਨਹੀਂ ਪਤਾ, ਬਾਕੀ ਤੁਸੀਂ ਸਾਡੇ ਨਾਲ ਬਣੇ ਰਹੋ, ਜਿੱਥੇ ਅਸੀਂ ਜਾਵਾਂਗੇ ਤੁਹਾਨੂੰ ਦੱਸ ਦਾਂਗੇ। ਆਓ ਚੱਲੀਏ। ਅਸੀਂ ਪੁੱਜ ਗਏ ਜੀ ਗੁਰਦੁਆਰਾ ਭੰਬੋਰ ਸਾਹਿਬ ਨੰਗਲ ਦੇ ਵਿੱਚ, ਅਤੇ ਇੱਥੇ ਜਦੋਂ ਮੈਂ ਹੁਣ ਗੱਡੀ ਚਲਾਉਂਦਾ ਹੁੰਦਾ ਯਾਰ, ਗੱਡੀ ਲੈ ਕੇ ਗੱਡੀ ਉੱਤੇ ਖੜਾਈ ਹੈ ਅਤੇ ਗੱਡੀ ਚਲਾਉਂਦੇ ਜਾਂਦੇ ਰਸਤੇ ਦੇ ਵਿੱਚ ਮੈਂ ਕੋਈ ਵੀਡੀਓ ਨਹੀਂ ਬਣਾਉਂਦਾ ਯਾਰ, ਕਿ ਮੈਨੂੰ ਇੰਨਾ ਹਜੇ ਪਤਾ ਨਹੀਂ, ਤੁਹਾਨੂੰ ਐਵੇਂ ਹੀ ਕਹਾਂ। ਅਤੇ ਇਹ ਹੈਗਾ ਜੀ ਤਾਂ ਕਰਕੇ ਹੁਣ ਸਿੱਧਾ ਹੀ ਗੁਰਦੁਆਰਾ ਸਾਹਿਬ ਅਸੀਂ ਆ ਗਏ ਅਤੇ ਇੱਥੇ ਦੀ ਵੀਡੀਓ ਬਣਾਉਣ ਲੱਗਿਆ ਮੈਂ। ਇਹ ਵਾਹਿਗੁਰੂ ਜੀ, ਇਹ ਅੰਦਰ ਦਰਸ਼ਨ ਕਰੋ। ਇੱਥੇ ਇਹ ਵੀ ਚੁਪਈ ਸਾਹਿਬ ਦਾ ਪਾਠ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ 'ਤੇ ਉਚਾਰਨ ਕੀਤਾ ਸੀਗਾ ਅਤੇ ਸੰਗਤਾਂ ਇੱਥੇ ਆ ਕੇ ਪਾਠ ਕਰਦੀਆਂ ਜਿੱਦਾਂ ਤੁਹਾਨੂੰ ਦੱਸਿਆ। ਵਾਹਿਗੁਰੂ ਵਾਹਿਗੁਰੂ। ਇਸ ਗੁਰਦੁਆਰਾ ਸਾਹਿਬ ਭੰਬੋਰ ਸਾਹਿਬ ਆ ਕੇ ਸ਼ਾਂਤੀ ਮਿਲਦੀ ਮਿਲਦੀ ਹੈ, ਉਹ ਤਾਂ ਮਿਲਣੀ ਹੈ ਕਿਉਂਕਿ ਗੁਰਦੁਆਰਾ ਸਾਹਿਬ ਹੈ ਅਤੇ ਬਾਕੀ ਇਹਦੇ ਆਲੇ ਦੁਆਲੇ ਉਹ ਦੇਖੋ ਤੁਸੀਂ ਬਾਹਰਲਾ ਮਾਹੌਲ, ਉਹ ਪਹਾੜੀਆਂ ਪਾਖੜੇ ਦੀਆਂ ਅਤੇ ਮਹਾਰਾਜ ਇੱਧਰੋਂ ਐਨ ਪਾਣੀ ਆ ਰਿਹਾ, ਇੱਧਰੋਂ ਜਾ ਰਿਹਾ ਫਿਰ ਪੂਰੇ ਹਰਿਆਣੇ 'ਚ ਪੰਜਾਬ 'ਚ, ਠੀਕ ਹੈ ਜੀ, ਦੂਰੋਂ ਦੂਰ। ਅਤੇ ਬਹੁਤ ਵਧੀਆ ਇੱਥੇ ਆ ਕੇ ਸ਼ਾਂਤੀ ਮਿਲਦੀ ਹੈ, ਸਾਰੇ ਪਾਸੇ ਸ਼ਾਂਤੀ ਸ਼ਾਂਤੀ ਹੈ। ਅਤੇ ਇੱਕ ਸਾਹਮਣੇ ਗੁਰਦੁਆਰਾ ਸਾਹਿਬ ਹੈ, ਉਹ ਮੈਂ ਹਮੇਸ਼ਾ ਨਾਮ ਭੁੱਲ ਜਾਂਦਾ ਉਹਨੇ ਕੀ ਹੈ ਗੁਰਦੁਆਰਾ ਸਾਹਿਬ ਦਾ ਨਾਮ, ਮੋਰੇ ਮੋਰੇ ਆਉਂਦਾ ਮੇਰੇ। ਚਲੋ, ਅਤੇ ਇੱਕ ਨਾ ਹੋਰ ਤੁਹਾਨੂੰ ਦੱਸਣਾ ਸੀ ਇਸ ਐਂਗਲ ਤੋਂ ਨਾ, ਉਹ ਸਾਹਮਣੇ ਮੈਨੂੰ ਤਾਂ ਦਿਖ ਰਿਹਾ ਕੈਮਰੇ 'ਚ, ਮੈਨੂੰ ਦਿਖਦਾ ਕਿ ਨਹੀਂ, ਉਹ ਐਨ ਟੋਪ 'ਤੇ ਕੋਈ ਇੱਕ ਮੰਦਰ ਹੈ, ਉਹ ਮੈਂ ਅੱਜ ਦਾ ਟਾਈਮ ਹੈ ਨਹੀਂ, ਫਿਰ ਕਦੇ ਜ਼ਰੂਰ ਜਾਵਾਂਗਾ ਅਤੇ ਉੱਥੇ ਉਹਨੂੰ ਵੀਡੀਓ ਬਣਾ ਕੇ ਆਊਂਗਾ। ਅਤੇ ਹੋਰ ਪੂਰਾ ਇੱਥੋਂ ਸ਼ਹਿਰ ਦੇ ਉੱਤੇ ਇੱਕ ਉਹ ਲੱਗਦਾ ਇੱਕ ਉਹ ਉੱਪਰ ਮੰਦਰ ਹੈ ਲਾਲ, ਨਾਮ ਮੈਂ ਹੁਣ ਭੁੱਲ ਗਿਆ, ਉੱਥੇ ਵੀ ਚੱਲਾਂਗੇ। ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ, ਹੁਣ ਇਸ ਤੋਂ ਬਾਅਦ ਚੱਲ ਰਹੇ ਅਸੀਂ ਇੱਥੇ ਨੇੜੇ ਨਾ 3-4 ਕਿਲੋਮੀਟਰ ਅੱਗੇ ਹੰਡੋਲਾ ਬ੍ਰਿਜ ਹੈ, ਇੱਕ ਬਹੁਤ ਵਧੀਆ ਬ੍ਰਿਜ ਹੈ, ਲੋਕੇਸ਼ਨ ਹੈ ਅਤੇ ਉੱਥੇ ਤੁਹਾਨੂੰ ਦਿਖਾਉਂਦੇ ਤੁਹਾਨੂੰ ਉਹ ਵੀ, ਆਓ ਚੱਲੀਏ। ਅਤੇ ਅੱਜ ਲੋਕੇਸ਼ਨ ਉਹ ਵਧੀਆ ਲੱਗੂਗੀ ਕਿਉਂਕਿ ਅੱਜ ਮੌਸਮ ਵੀ ਉੱਪਰ ਬਹੁਤ ਵਧੀਆ। ਲੈਟਸ ਗੋ। ਭਾਖੜਾ ਡੈਮ ਜਦੋਂ ਬਣਿਆ ਇਸ ਬ੍ਰਿਜ ਤੋਂ ਸਮਾਨ ਜਾਂਦਾ ਹੁੰਦਾ ਸੀ ਭਾਖੜੇ ਨੂੰ, ਉਹ ਕੰਕਰੀਟ ਵਗੈਰਾ ਸਮਿੰਟ ਬਜਰੀ ਸਾਰਾ ਕੁਛ ਇੱਥੋਂ ਹੀ ਜਾਂਦਾ ਹੁੰਦਾ ਸੀਗਾ। ਉਹ ਪਹਾੜ ਉੱਥੇ ਹੈਗਾ ਭਾਖੜਾ ਡੈਮ, ਇਹ ਭਾਖੜੇ ਬਣਨ ਤੋਂ ਪਹਿਲਾਂ ਦਾ ਬ੍ਰਿਜ ਹੈ ਜੀ ਹੰਡੋਲਾ ਬ੍ਰਿਜ। ਸਭ ਤੋਂ ਪਹਿਲਾਂ ਲਿਖਿਆ ਹੋਇਆ ਸਾਵਧਾਨੀ, ਅੱਗੇ ਜਾਣਾ ਮਨਾ ਇਹਨਾਂ ਵੱਲੋਂ, ਪਰ ਫਿਰ ਵੀ ਜੇ ਜਾਣਾ ਤੁਸੀਂ, ਅਸੀਂ ਜਾਵਾਂਗੇ ਜ਼ਰੂਰ, ਤੁਸੀਂ ਜਾਣਾ ਤਾਂ ਆਪਣੇ ਜ਼ਿੰਮੇਵਾਰੀ 'ਤੇ, ਠੀਕ ਹੈ ਜੀ, ਇਹ ਪੜ੍ਹ ਲਿਓ। ਅਤੇ ਅਸੀਂ ਜ਼ਰੂਰ ਜਾਵਾਂਗੇ, ਨਾਲੇ ਤੁਹਾਨੂੰ ਦਿਖਾਵਾਂਗੇ। ਇਹ ਪੁਲ ਅੰਗਰੇਜ਼ਾਂ ਦੇ ਟਾਈਮ ਦਾ ਬਣਿਆ ਹੋਇਆ, ਬਹੁਤ ਪੁਰਾਣਾ ਪੁਲ ਹੈ, ਠੀਕ ਹੈ ਜੀ। ਇਹ ਇੱਕ ਪਿੰਡ ਤੋਂ ਦੂਜੇ ਪਿੰਡ ਨੂੰ ਆਪਸ ਦੇ ਵਿੱਚ ਜੋੜਨ ਵਾਸਤੇ ਬਣਾਇਆ ਸੀ, ਠੀਕ ਹੈ। ਇਹ ਹਿਲਦਾ ਹੈ, ਇਹਨੂੰ ਇੱਥੇ ਦੀ ਲੋਕਲ ਭਾਸ਼ਾ ਦੇ ਵਿੱਚ ਹਿਲਦਾ ਪੁਲ ਵੀ ਕਹਿ ਦਿੰਦੇ ਆ, ਠੀਕ ਹੈ ਜੀ। ਵੈਸੇ ਇਹ ਜੋ ਹੈ ਕਾਗਜ਼ਾਂ 'ਚ ਉਹ ਹੰਡੋਲਾ ਬ੍ਰਿਜ ਕਹਿੰਦੇ ਇਹਨੂੰ, ਠੀਕ ਹੈ ਜੀ। ਪਹਿਲੀ ਵਾਰ ਅਸੀਂ, ਮੈਂ ਆਪਣੇ ਦੋਸਤ ਨਾਲ ਆਇਆ ਸੀ ਵਿਨੋਦ ਰਾਣਾ, ਉਹ ਇੱਥੋਂ ਦੇ ਇੱਕ ਨੇੜੇ ਪਿੰਡ ਹੈ ਉੱਥੋਂ ਦਾ ਹੈ, ਤਾਂ ਸਾਨੂੰ ਇੱਥੇ ਲੈ ਕੇ ਆਇਆ ਸੀਗਾ। ਇਹ ਇਸ ਪਿੰਡ ਤੋਂ ਦੂਜੇ ਪਿੰਡ ਤੱਕ ਜੋੜਦੇ ਸੀ, ਜਿਹੜਾ ਕਿ ਹੁਣ ਇਹ 10 ਮਿੰਟ ਦੇ ਵਿੱਚ ਸਫ਼ਰ ਹੋ ਜਾਂਦਾ, 5 ਮਿੰਟ 'ਚ 10 ਮਿੰਟ 'ਚ ਕਲੀਅਰ ਕਰ ਲੈਂਦਾ ਬੰਦਾ, 5 ਮਿੰਟ ਦੇ ਵਿੱਚ ਸਾਰਾ ਕਲੀਅਰ ਹੋ ਜਾਂਦਾ। ਉੱਦਾਂ ਨਹੀਂ ਤਾਂ ਫਿਰ ਇਹ 2 ਘੰਟੇ ਲੱਗ ਜਾਂਦੇ ਸੀ ਇੱਕ ਆਪਸ ਦੇ ਵਿੱਚ ਪਿੰਡ ਜੋੜਨ ਵਾਸਤੇ, ਠੀਕ ਹੈ ਜੀ। ਅੱਗੇ ਤੁਹਾਨੂੰ ਦਿਖਾਉਂਦੇ ਹਾਂ, ਬਹੁਤ ਵਧੀਆ ਲੋਕੇਸ਼ਨ ਹੈ। ਇਹ ਹੈਗੀ ਹੈ ਜੀ ਅਨੰਦਪੁਰ ਸਾਹਿਬ ਤੋਂ ਨੰਗਲ, ਨੰਗਲ ਤੋਂ ਜਦੋਂ ਅਸੀਂ ਭੰਬੋਰ ਸਾਹਿਬ ਗੁਰਦੁਆਰਾ ਜਾਂਦੇ ਹਾਂ ਨਾ, ਉੱਥੋਂ 5 ਕਿਲੋਮੀਟਰ ਅੱਗੇ ਜਾ ਕੇ ਹੈ, ਬਹੁਤ ਵਧੀਆ। ਇੱਥੇ ਆ ਕੇ ਤਾਂ ਇਹ ਬਿਲਕੁਲ ਹਿਲਣ ਲੱਗ ਪੈਂਦਾ। ਇੱਧਰ ਦੇਖ ਲਓ ਤੁਸੀਂ, ਮੌਸਮ ਬਿਲਕੁਲ ਛਾਂ ਹੈ, ਠੀਕ ਹੈ ਜੀ, ਅਤੇ ਉਹ ਸਾਹਮਣੇ ਬਿਲਕੁਲ ਧੁੱਪ ਲੱਗ ਰਹੀ ਹੈ,
ਤੇ ਐ ਲੱਗਦਾ ਕਿ ਅਸੀਂ ਨਾ ਕਿਤੇ ਫੋਰਨ ਕੰਟਰੀ ਦੇ ਵਿੱਚ ਆ ਗਏ ਹੁੰਦੇ ਕੈਲੀਫੋਰਨੀਆ ਵਗੈਰਾ ਚ ਯੂਐਸਏ ਚ ਉੱਥੇ ਵੀ ਲੋਕੇਸ਼ਨ ਇਸ ਤਰ੍ਹਾਂ ਦੀ ਹੁੰਦੀ ਹੈ ਬਿਲਕੁਲ ਬਹੁਤ ਸਾਰੇ ਨਾ ਬਾਹਰੋਂ ਦੇ ਲੋਕੀ ਆ ਇਹਨੂੰ ਪੁੱਲ ਨੂੰ ਦੇਖਣ ਆਉਂਦੇ ਆ ਤੇ ਸਾਨੂੰ ਇਹ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਐਨ ਪੂਰੇ ਪਹਾੜਾਂ ਦੇ ਵਿੱਚ ਸਰਦੀਆਂ ਦੇ ਵਿੱਚ ਤਾਂ ਬਹੁਤ ਠੰਡੀ ਹਵਾ ਚੱਲਦੀ ਹੈ ਇੱਥੇ ਇਹ ਜਿਹੜੇ ਲੋਕਲ ਇੱਥੇ ਦੇ ਪਿੰਡ ਹੈ ਉਹਨਾਂ ਨੂੰ ਸੌਖਾ ਹੋ ਗਿਆ ਬਹੁਤ ਪਹਿਲਾਂ ਤਾਂ ਬਣਿਆ ਉੱਧਰੋਂ ਸ਼ੁਰੂ ਹੁੰਦਾ ਫਿਰ ਪਿੰਡ ਅਤੇ ਇੱਧਰ ਵਾਲੇ ਪਿੰਡ ਚੱਲ ਜਾਂਦਾ ਅੱਗੇ ਅਤੇ ਆਹ ਜਿਹੜਾ ਪੁੱਲ ਹੈ ਇਹਦੇ ਨਾ ਨੀਚੇ ਇਨ ਬਿਟਵੀਨ ਕੋਈ ਵੀ ਸਪੋਰਟ ਨਹੀਂ ਹੈ ਜਿਹੜੀ ਆਹ ਜਿਹੜੀ ਵਾਇਰ ਹੈਗੀ ਹੈ ਬਸ ਇਹਨਾਂ ਦੀ ਸਪੋਰਟ ਹੈ ਬਸ ਦੇਖ ਲਓ ਜੀ ਆਹ ਵਾਇਰ ਹੈਗੀ ਹੈ ਤੁਹਾਨੂੰ ਮੈਂ ਨੇੜੇ ਤੋਂ ਦਿਖਾ ਦਿੰਦਾ ਇਹ ਆਹ ਵਾਲੀ ਬਸ ਜਿਹੜੀ ਆਹ ਵਾਇਰਾਂ ਹੈਗੀਆਂ ਬਸ ਇਹਦੀ ਸਪੋਰਟ ਹੈ ਇਸ ਬ੍ਰਿਜ ਨੂੰ ਇਹਦੇ ਇਨ ਬਿਟਵੀਨ ਨੀਚੇ ਕੁਛ ਵੀ ਨਹੀਂ ਹੈ ਤੋਂ ਨੀਚੇ ਤੋਂ ਦਿਖਾਊਂਗਾ ਮੈਂ ਉੱਥੇ ਜਾ ਕੇ ਇਹਦਾ ਆ ਗਿਆ ਜੀ ਸੈਕਿੰਡ ਪਾਰਟ ਜਿੱਥੇ ਸੈਕਿੰਡ ਐਂਡ ਹੁੰਦਾ ਇਹਦਾ ਇਹਨੂੰ ਕਹਿ ਲਿਆ ਨੈਲਾ ਸਪੈਸ਼ਲ ਪੁੱਲ ਲੰਬਾਈ 1160 ਫੁੱਟ ਦੀ ਹੈ ਜੀ ਇਹਦਾ ਇੱਧਰੋਂ ਫਿਰ ਐਂਡ ਆ ਜਾਂਦਾ ਦੂਜਾ ਪਿੰਡ ਸ਼ੁਰੂ ਹੋ ਜਾਂਦਾ ਇੱਧਰੋਂ ਅਤੇ ਬਸ ਇਹ ਆਪਸ ਦੇ ਵਿੱਚ ਪਿੰਡਾਂ ਵਿੱਚ ਜੋੜਨ ਵਾਸਤੇ ਅੰਗਰੇਜ਼ਾਂ ਨੇ ਆਪਣੇ ਟਾਈਮ ਦੇ ਵਿੱਚ ਬਣਾਇਆ ਅਤੇ ਉਹੀ ਬਣਾ ਗਏ ਇਹਨੂੰ ਨਹੀਂ ਤਾਂ ਫਿਰ ਕੰਮ ਔਖਾ ਸੀ ਪਿੰਡਾਂ ਵਾਲਿਆਂ ਵਾਸਤੇ ਕਿੰਨੇ ਪਿੰਡਾਂ ਨੂੰ ਇਹ ਫਾਇਦਾ ਹੋ ਗਿਆ ਇਹਨੂੰ ਠੀਕ ਹੈ ਜੀ ਜੇ ਰੱਸੀਆਂ ਦੇ ਨਾਲ ਹੀ ਹੰਡਰ ਹੁੰਦਾ ਰੱਸੀਆਂ ਦੇ ਨਾਲ ਅੰਦਰ ਹੋਣਾ ਇਹਨਾਂ ਦਾ ਹਿਸਾਬ ਦਾ ਪੂਰਾ ਕਿੱਦਾਂ ਇਹ ਬ੍ਰਿਜ ਨੂੰ ਕੱਸਣਾ ਢਿੱਲਾ ਕਰਨਾ ਸਾਰਾ ਕੁਛ ਇਹਦੇ ਅੰਦਰ ਆਉਣਾ ਹੈ ਪੂਰਾ ਕੌਨਫੀਡੈਂਸ ਰੱਖਿਆ ਹੋਇਆ ਇਹਨਾਂ ਨੇ ਐਂਡ ਟਾਈਟ ਖੂਬਸੂਰਤ ਪਹਾੜਾਂ ਦੇ ਵਿੱਚ ਸਮੁੰਦਰ ਦੇ ਵਿੱਚ ਬ੍ਰਿਜ ਦੇ ਉੱਪਰ ਇਹ ਬ੍ਰਿਜ ਹੈ ਜੀ ਹਿੱਲਦਾ ਪੁੱਲ ਅਤੇ ਬਿਨਾਂ ਕਿਸੇ ਸਪੋਰਟ ਤੋਂ ਬਣਿਆ ਹੋਇਆ ਇਹ ਬ੍ਰਿਜ ਅਤੇ ਸਿਰਫ ਜਿਹੜੀਆਂ ਇਹ ਰੱਸੀਆਂ ਇਹ ਤਾਰਾਂ ਹੈ ਇਹਨਾਂ ਦੇ ਸਹਾਰੇ ਖੜ੍ਹੇ ਆ ਅਤੇ ਭਾਖੜਾ ਡੈਮ ਬਣਨ ਤੋਂ ਪਹਿਲਾਂ ਦਾ ਬ੍ਰਿਜ ਬਹੁਤ ਵਧੀਆ ਲੱਗਿਆ ਸਾਨੂੰ ਇੱਥੇ ਆ ਕੇ ਇਸ ਬ੍ਰਿਜ 'ਤੇ ਵਧੀਆ ਲੋਕੇਸ਼ਨ ਹੈ ਫੋਟੋਆਂ ਫੋਟੋ ਖਿੱਚਣ ਵਾਸਤੇ ਅਤੇ ਹਵਾ ਹਵਾ ਤਾਂ ਪੁੱਛੋ ਨਾ ਇੱਥੇ ਐਂ ਠੰਡੀ ਠੰਡੀ ਹਵਾ ਚੱਲੀ ਜਾਂਦੀ ਹੈ ਅਤੇ ਤੁਹਾਨੂੰ ਇੱਕ ਹੋਰ ਚੀਜ਼ ਦਿਖਾਵਾਂ ਉਹ ਦੇਖੋ ਇਹ ਨਾ ਲੱਕੜਾਂ ਲੈ ਕੇ ਆਉਂਦੇ ਆ ਦੇਸੀ ਤਰੀਕੇ ਨਾਲ ਇਹਨੇ ਬੋਟ ਬਣਾਈ ਹੋਈ ਹੈ ਦੋ ਟਾਇਰਾਂ ਦੇ ਵਿੱਚ ਅਤੇ ਲੱਕੜਾਂ ਲੈ ਕੇ ਆਉਂਦੇ ਆ ਵੀ ਕਿੱਥੋਂ ਲੈ ਕੇ ਆਉਂਦੇ ਉਹ ਪਾਣੀ ਤੋਂ ਉਹ ਦੂਜੀ ਸਾਈਡ ਤੋਂ ਲੱਕੜਾਂ ਲਿਆ ਕੇ ਇੱਥੇ ਗਿੱਲੀਆਂ ਹੁੰਦੀਆਂ ਪੂਰੀਆਂ ਅਤੇ ਸੁੱਕਦੀਆਂ ਫਿਰ ਦੇਖੋ ਲੱਕੜ ਮੈਨੂੰ ਤਾਂ ਕੀਮਤੀ ਲੱਕੜ ਹੈ ਇਹ ਬਹੁਤ ਜ਼ਿਆਦਾ ਨੇੜੇ ਜਾ ਕੇ ਦੇਖਦੇ ਹਾਂ ਆਹ ਸੀਗੇ ਲੱਕੜਾਂ ਉਹ ਕੱਕੜ ਲੱਕੜ ਕਹਿੰਦੇ ਪਤਾ ਨਹੀਂ ਕਿਹੜੀ ਹੈ ਉਹ ਦੇਸੀ ਤਰੀਕੇ ਨਾਲ ਉਹਨੇ ਬੋਟ ਬਣਾਈ ਹੋਈ ਉਹ ਦੇਖੋ ਐਂ ਲੱਕੜਾਂ ਦੇ ਵਿੱਚ ਪਾਇਪ ਜੀ ਪਾ ਕੇ ਵਿੱਚ ਬੋਟ ਹੈ ਪੂਰੀ ਵਧੀਆ ਟਰੱਕ ਦੀ ਟਿਊਬ 'ਚੋਂ ਉੱਥੇ ਟਿਊਬ ਬਣ ਦੇਣੀ ਆ ਅਤੇ ਫਿਰ ਉਹ ਦੇਸੀ ਕੰਮ ਦੇਸੀ ਬੋਟ ਹੈ ਉਹ ਲੱਕੜੀ ਵਧੀਆ ਹੋਣੀ ਫਿਰ ਉਹ ਦੋ ਪਾਸੇ ਨਾ ਆਹ ਟਾਇਰ ਰੱਖ ਦੇਣੇ ਆ ਅਤੇ ਬੜੇ ਬੜੇ ਟਾਇਰ ਹੈ ਅਤੇ ਉਹਦੇ ਨਾਲ ਬੋਟ ਬਣ ਜਾਂਦੀ ਉਹ ਗੱਬੇ ਫਿਰ ਆਹ ਲੱਕੜਾਂ ਸਮਾਨ ਕੋਈ ਵੀ ਰੱਖ ਲੈਂਦੇ ਆ ਫਿਰ ਲੋਕਾਂ ਨੇ ਕੇ ਹੁਣ ਸਾਨੂੰ ਲੱਗ ਗਈ ਭੁੱਖ ਫਿਰ ਅਸੀਂ ਆ ਗਏ ਰਸਤੇ ਦੇ ਵਿੱਚ ਡਾ ਹੈੱਡ ਕੁਆਟਰ ਇੱਥੇ ਅਸੀਂ ਹੁਣ ਅੰਦਰ ਖਾਵਾਂਗੇ ਪੀਜ਼ਾ ਵਗੈਰਾ ਦੇਖਦੇ ਕੀ ਹੈ ਵੈਸੇ ਆਹ ਰੈਸਟੋਰੈਂਟ ਹੈ ਤਾਂ ਬਹੁਤ ਵਧੀਆ ਮੈਂ ਕਈ ਵਾਰੀ ਆਇਆ ਇੱਥੇ ਪਰ ਅੱਜ ਗੱਲ ਨੋਟ ਕੀਤੀ ਇੱਕ ਤਾਂ ਨਾਮ ਚਲੋ ਇਹਦਾ ਡਾ ਹੈੱਡ ਕੁਆਟਰ ਕੋਈ ਮਰਜ਼ੀ ਹੋਵੇ ਕੋਈ ਚੱਕਰ ਨਹੀਂ ਜਿਹੜੀ ਯਾਰਾਂ ਨਾਲ ਬਾਹਰ ਆ ਇਹ ਨੇ ਸਭ ਤੋਂ ਨੀਚੇ ਪੰਜਾਬੀ 'ਚ ਨੀਚੇ ਲਿਖਿਆ ਉੱਪਰ ਹੋਣਾ ਚਾਹੀਦਾ ਚਲੋ ਇਹ ਇਹਦਾ ਅੰਦਰਲਾ ਸੀਨ ਹੈ ਬਹੁਤ ਵਧੀਆ ਹੈ ਲਾਈਟਿੰਗ ਵੀ ਸਾਰਾ ਕੁਛ ਲਾਈਟ ਸਿਸਟਮ ਇੱਕ ਚੀਜ਼ ਨੂੰ ਹੋਰ ਦਿਖਾਵਾਂ ਆਹ ਮਿਰਰ ਲਾਈਟ ਵਾਲਾ ਮਿਰਰ ਇਹ ਹਾਲ ਹੈ ਸਾਰੇ ਪਾਸੇ ਐਂ ਲਾਈਟ ਚੱਲ ਜੂ ਇੱਥੋਂ ਇਹਨੂੰ ਬੰਦ ਕਰ ਦਿਓ ਵਧੀਆ ਕਿ ਨਹੀਂ ਵਧੀਆ ਵੀ ਚੀਜ਼ ਦਿਖਾਉਂਦੇ ਤੁਹਾਨੂੰ ਅਸੀਂ ਉਹ ਜੀ ਹੁਣ ਖਾ ਪੀ ਵੀ ਲਿਆ ਅਤੇ ਵਧੀਆ ਸੀ ਇਹਨਾਂ ਦਾ ਖਾਣ ਪੀਣ ਦਾ ਮੈਨੂੰ ਤਾਂ ਇੱਥੇ ਸੀ ਇੱਥੇ ਪੀਜ਼ਾ ਵਗੈਰਾ ਮਿਲਦਾ ਜਾਂ ਹੋਰ ਕੁਛ ਖਾਣਾ ਵੀ ਮਿਲਦਾ ਹੈ ਤੁਸੀਂ ਇੱਥੇ ਅਸੀਂ ਡਿਨਰ ਵੀ ਕਰ ਲਿਆ ਜਲਦੀ ਕਰ ਲਿਆ ਅੱਜ ਫਿਰ ਅਸੀਂ ਸਾਜਰੇ ਅਤੇ ਅੱਜ ਦੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਚੰਗੀ ਲੱਗੀ ਲਾਈਕ ਕਰ ਦਿਓ ਅਤੇ ਸ਼ੇਅਰ ਕਰ ਦਿਓ